ਸਾਰਿਆਂ ਨੂੰ ਖੁਸ਼ਾਮਦੀਦ। ਕਿਸਾਨ ਵੀਰੋ, ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲਾਂ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ। PTC ਨਿਊਜ਼ ਦਾ ਇਹ ਖਾਸ ਉਪਰਾਲਾ ਅਸੀਜ਼ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 4 ਲੈ ਹਾਜ਼ਰ ਹਾਂ ਮੈਂ। ਅਤੇ ਜੋ ਨੰਬਰ ਤੁਹਾਡੀ ਸਕਰੀਨ 'ਤੇ ਆ ਰਿਹਾ, ਜੋ ਕਿ ਇਹ 86 99 73 69, ਇਸ ਉੱਤੇ ਤੁਸੀਂ ਮਿਸਡ ਕਾਲ ਕੀਤੀ ਜਾਂ ਵਟਸਐਪ ਕੀਤਾ, ਸਾਡੀ ਟੀਮ ਨੇ ਤੁਹਾਡੇ ਨਾਲ ਸੰਪਰਕ ਕੀਤਾ ਅਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣੇ। ਅਤੇ ਅੱਜ ਦਾ ਜਿਹੜਾ ਵਿਸ਼ਾ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਪਸ਼ੂ ਦੀ ਜੇਰ ਫਸੇਗੀ, ਕਿਸਾਨ ਦਾ ਹੋਵੇਗਾ ਨੁਕਸਾਨ ਅਤੇ ਪਸ਼ੂ ਦੀ ਸਿਹਤ ਵੀ ਘਟੇਗੀ। ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਅਸੀਸ ਤੋਂ ਨੇ ਡਾਕਟਰ ਨਵਨੀਤ ਸਿੰਘ ਗਿੱਲ। ਡਾਕਟਰ ਸਾਹਿਬ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਡਾਕਟਰ ਸਾਹਿਬ, ਜਿਵੇਂ ਮੈਂ ਕਿਹਾ, ਅੱਜ ਦਾ ਵਿਸ਼ਾ ਜਿਹੜਾ ਹੈ, ਦੋ ਪਾਸੇ ਉਹ ਕਿਸਾਨ ਦਾ ਨੁਕਸਾਨ ਹੋ ਸਕਦਾ, ਇੱਕ ਤਾਂ ਜੇਬ 'ਤੇ ਡਾਕਾ ਵੀ ਪੈ ਸਕਦਾ ਅਤੇ ਪਸ਼ੂ ਦੀ ਸਿਹਤ ਵੀ ਘੱਟ ਸਕਦੀ, ਇਸ ਲਈ ਬਹੁਤ ਹੀ ਅਹਿਮ ਵਿਸ਼ਾ ਹੈ। ਪਹਿਲੇ ਤਾਂ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗਾ ਕਿ ਜੇਰ ਫਸਣ ਦੇ ਜਿਹੜੇ ਪ੍ਰਮੁੱਖ ਕਾਰਨ ਹੁੰਦੇ ਨੇ, ਉਹ ਕਾਰਨ ਕੀ ਨੇ? ਬਿਲਕੁਲ ਨਿਖਿਲ ਜੀ, ਜਿੱਦਾਂ ਆਪਾਂ ਪਿਛਲੇ ਐਪੀਸੋਡ 'ਚ ਵੀ ਕਾਫੀ ਚਰਚਾ ਕਰ ਰਹੇ ਹਾਂ ਪਿਛਲੇ 3 ਸੀਜ਼ਨਾਂ ਤੋਂ, ਕਿ ਜਿਹੜਾ ਟਰਾਂਜੀਸ਼ਨ ਪੀਰੀਅਡ ਹੁੰਦਾ ਉਹਦੇ ਵਿੱਚ ਆਪਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਆਪਣੇ ਐਨੀਮਲ ਦਾ, ਕਿਉਂਕਿ ਜੇ ਆਪਾਂ ਉਸ ਪੀਰੀਅਡ 'ਚ ਉਹਦਾ ਨਿਊਟ੍ਰੀਸ਼ਨ ਦਾ ਜਾਂ ਉਹਦਾ ਮੈਨੇਜਮੈਂਟ ਦਾ ਧਿਆਨ ਨਹੀਂ ਰੱਖ ਰਹੇ ਤਾਂ ਆਪਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਤਾਂ ਉਹਨਾਂ ਦਿੱਕਤਾਂ ਵਿੱਚੋਂ ਅੱਜ ਇਹੀ ਦਿੱਕਤ ਹੈ ਜਿਹੜਾ ਆਪਾਂ ਅੱਜ ਡਿਸਕਸ ਕਰ ਰਹੇ, ਕਿ ਜੇਰ ਦਾ ਫਸਣਾ। ਇਸ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਵੀ ਜੇਰ ਹੁੰਦੀ ਕੀ ਹੈ ਜੀ। ਇੱਕ ਮਾਸ ਦਾ ਟੁਕੜਾ ਜੀ, ਪਾਈਪ ਤਰ੍ਹਾਂ ਹੁੰਦਾ ਜੋ ਕਿ ਮਦਰ ਨੂੰ ਬੱਚੇ ਦੇ ਨਾਲ ਜੋੜਦਾ। ਤਾਂ ਜਿਹੜਾ ਪ੍ਰੈਗਨੈਂਸੀ ਟਾਈਮ ਹੈ, ਇਸ ਜੇਰ ਦੇ ਥਰੂ ਹੀ ਮਦਰ ਨਿਊਟ੍ਰੀਸ਼ਨ ਬੱਚੇ ਨੂੰ ਦਿੰਦੀ ਅਤੇ ਜਿਹੜਾ ਬੱਚੇ ਦਾ ਵੇਸਟ ਆ ਉਹ ਮਦਰ ਕੋਲ ਵਾਪਿਸ ਆਉਂਦਾ। ਫਿਰ ਆਪਾਂ ਗੱਲ ਕਰੀਏ ਕਿ ਆਪਾਂ ਕਿੱਦਾਂ ਕਵਾਂਗੇ ਜੇਰ ਫਸ ਕੇ, ਇਹਦੇ ਵਿੱਚ ਕੀ ਹੁੰਦਾ ਨਿਖਿਲ ਜੀ, ਐਨੀਮਲ ਦੇ ਸੂਣ ਤੋਂ ਬਾਅਦ 24 ਘੰਟਿਆਂ ਦੇ ਵਿੱਚ ਜੇ ਐਨੀਮਲ ਨੇ ਜੇਰ ਨਹੀਂ ਕੱਢੀ ਤਾਂ ਆਪਾਂ ਉਹਨੂੰ ਕਹਿੰਦੇ ਕਿ ਐਨੀਮਲ ਦੀ ਜੇਰ ਫਸ ਗਈ ਹੈ। ਹੁਣ ਆਪਾਂ ਜਿੱਦਾਂ ਤੁਸੀਂ ਮੇਰੇ ਤੋਂ ਸਵਾਲ ਪੁੱਛਿਆ ਕਿ ਇਹਦੇ ਜੇਰ ਫਸਣ ਦੇ ਪ੍ਰਮੁੱਖ ਕਾਰਨ ਕੀ ਹਨ, ਇਹਦੇ ਵਿੱਚ ਆਪਾਂ ਸਭ ਤੋਂ ਜੇ ਨਿਊਟ੍ਰੀਸ਼ਨ ਦੇ ਪੱਖ ਤੋਂ ਗੱਲ ਕਰੀਏ ਤਾਂ ਸਭ ਤੋਂ ਜਿਹੜਾ ਜ਼ਰੂਰੀ ਚੀਜ਼ ਹੈ ਉਹ ਡੀਟੈਡ ਬੈਲੈਂਸ, ਜੋ ਕਿ ਟ੍ਰਾਂਜੀਸ਼ਨ ਪੀਰੀਅਡ 'ਚ ਆਪਾਂ ਕਹਿੰਦੇ ਕਿ ਡੀਟੈਡ ਨੈਗੇਟਿਵ ਹੋਣਾ ਚਾਹੀਦਾ। ਡੀਟੈਡ ਨੈਗੇਟਿਵ ਦੇ ਵਿੱਚ ਗੱਲ ਕਰੀਏ ਆਪਾਂ, ਇਹ ਹੁੰਦਾ ਕੀ ਹੈ, ਕਿਉਂਕਿ ਇਹਦੇ ਬਾਰੇ ਅੱਜ ਕੱਲ੍ਹ ਚਰਚਾ ਬਹੁਤ ਹੁੰਦੀ ਹੈ। ਡੀਟੈਡ ਨੈਗੇਟਿਵ ਕੀ ਹੁੰਦਾ ਜੀ, ਜਿਹੜੇ ਆਪਾਂ ਐਨੀਮਲ ਨੂੰ ਮਿਨਰਲ ਦਿੰਦੇ ਹਾਂ ਉਹ ਪੋਜ਼ਿਟਿਵ ਚਾਰਜ ਅਤੇ ਨੈਗੇਟਿਵ ਚਾਰਜ ਦੋ ਤਰ੍ਹਾਂ ਦੇ ਹੁੰਦੇ ਆ। ਤਾਂ ਆਪਾਂ ਕੀ ਕਹਿੰਦੇ ਹਾਂ, ਜਦੋਂ ਐਨੀਮਲ ਮਿਲਕਿੰਗ ਸਟੇਜ 'ਤੇ ਆ ਆਪਾਂ ਉਹਨੂੰ ਪੋਜ਼ਿਟਿਵ ਚਾਰਜ ਵਾਲੀ ਮਿਨਰਲਸ ਜ਼ਿਆਦਾ ਦਿੰਦੇ ਹਾਂ, ਪਰ ਜਿਹੜਾ ਟ੍ਰਾਂਜੀਸ਼ਨ ਪੀਰੀਅਡ ਆ ਉਦੋਂ ਆਪਾਂ ਨੈਗੇਟਿਵ ਚਾਰਜ ਵਾਲੀ ਮਿਨਰਲ ਜ਼ਿਆਦਾ ਦੇਣੇ ਹੁੰਦੇ ਆ ਤਾਂ ਕਿ ਡੀਕੈਡ ਨੈਗੇਟਿਵ ਹੋ ਸਕੇ। ਜਿਹੜੇ ਆਪਣੇ ਲਾਰਜ ਡੇਅਰੀ ਫਾਰਮਰ ਆ ਉਹ ਅੱਜ ਕੱਲ੍ਹ ਇਹਨਾਂ ਚੀਜ਼ਾਂ ਖਾਸ ਧਿਆਨ ਰੱਖਦੇ ਆ, ਪਰ ਜਿਹੜੇ ਛੋਟੇ ਕਿਸਾਨ ਵੀਰ ਆ ਉਹਨਾਂ ਨੂੰ ਹਜੇ ਇੰਨੀ ਨੌਲੇਜ ਨਹੀਂ ਜਾਂ ਉਹ ਇੰਨਾ ਧਿਆਨ ਨਹੀਂ ਦਿੰਦੇ। ਤਾਂ ਇਹਦੇ ਕਰਕੇ ਡੀਕੈਡ ਨੈਗੇਟਿਵ ਜੇ ਆਪਾਂ ਮੇਨਟੇਨ ਨਹੀਂ ਕਰ ਰਹੇ ਤਾਂ ਇੱਕ ਪ੍ਰਮੁੱਖ ਕਾਰਨ ਹੈ ਜੇਰ ਫਸਣ ਦਾ। ਨਿਖਿਲ ਜੀ, ਡੀਕੈਡ ਤੋਂ ਬਾਅਦ ਜਿਹੜਾ ਦੂਜਾ ਪ੍ਰਮੁੱਖ ਕਾਰਨ ਹੈ ਜੇਰ ਫਸਣ ਦਾ, ਉਹਦੇ ਵਿੱਚ ਕੀ ਆਪਾਂ ਕਹਿੰਦੇ ਜੇ ਐਨੀਮਲ ਨੈਗੇਟਿਵ ਐਨਰਜੀ ਬੈਲੈਂਸ 'ਚ, ਇਹ ਕੀ ਹੁੰਦਾ, ਕਈ ਵਾਰ ਆਪਾਂ ਦੇਖਦੇ ਹਾਂ ਕਿ ਸੂਨ ਤੋਂ ਥੋੜ੍ਹੇ ਦਿਨ ਪਹਿਲਾਂ 5-7 ਦਿਨ ਪਹਿਲਾਂ ਜਿਹੜਾ ਆਪਣਾ ਐਨੀਮਲ ਆ ਉਹ ਡਰਾਈ ਮੈਟਰ ਇਨਟੇਕ ਬਹੁਤ ਹੱਦ ਤੱਕ ਘਟਾ ਦਿੰਦਾ, ਤਾਂ ਉਹਦੇ ਕਰਕੇ ਐਨੀਮਲ ਨੈਗੇਟਿਵ ਐਨਰਜੀ ਬੈਲੈਂਸ ਚਲਾ ਜਾਂਦਾ, ਜਿਹਦੇ ਕਰਕੇ ਕਿ ਜੇਰ ਫਸਣ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਆ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕੁਛ ਵਿਟਾਮਿਨ ਅਤੇ ਮਿਨਰਲਸ ਹੁੰਦੇ ਆ ਜਿਨ੍ਹਾਂ ਬਾਰੇ ਆਪਾਂ ਅੱਗੇ ਗੱਲ ਕਰਾਂਗੇ, ਕਿ ਜੇ ਉਹਨਾਂ ਦੀ ਕਮੀ ਆਉਂਦੀ ਆ ਤਾਂ ਐਨੀਮਲ ਦੀ ਜੇਰ ਫਸ ਸਕਦੀ ਆ। ਇਸ ਤੋਂ ਬਾਅਦ ਆਪਾਂ ਥੋੜ੍ਹੇ ਜਿਹੇ ਕਲੀਨਿਕਲ ਵਾਲੇ ਪਾਸੇ ਜਦ ਚੱਲੀਏ ਤਾਂ ਮੰਨ ਕੇ ਚੱਲੋ ਜੇ ਐਨੀਮਲ ਦਾ ਬੋਰਸ਼ਨ ਹੋ ਰਿਹਾ, ਮਤਲਬ ਜੋ ਉਹਦਾ ਟਾਈਮ ਪੀਰੀਅਡ ਸੀ ਉਦੋਂ 1-2 ਮਹੀਨੇ ਪਹਿਲਾਂ ਹੀ ਐਨੀਮਲ ਸੂ ਰਿਹਾ ਤਾਂ ਉਦੋਂ ਜੇਰ ਫਸਣ ਦੇ ਚਾਂਸ ਬਹੁਤ ਹੁੰਦੇ। ਜਾਂ ਅਸੀਂ ਫੀਲਡ 'ਚ ਦੇਖਦੇ ਹਾਂ ਕਿ ਜੇ ਟਵਿਨ ਹੈ, ਦੋ ਬੱਚੇ ਇਕੱਠੇ ਹੈ, ਜਾਂ ਡਿਸਟੋਟੀਆ ਹੋ ਰਿਹਾ, ਮਤਲਬ ਬੱਚਾ ਆਪਣੇ ਆਪ ਬਾਹਰ ਨਹੀਂ ਆ ਰਿਹਾ, ਆਪਾਂ ਨੂੰ ਧੱਕੇ ਨਾਲ ਜਾਂ ਹੱਥ ਪਾ ਕੇ ਬੱਚਾ ਬਾਹਰ ਕੱਢਣਾ ਪੈ ਰਿਹਾ ਤਾਂ ਉਦੋਂ ਜੇਰ ਫਸਣ ਦੇ ਚਾਂਸ ਬਹੁਤ ਹੁੰਦੇ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਮੈਨੇਜਮੈਂਟ ਵਾਲੇ ਪਾਸ 'ਚੋਂ, ਜੇ ਆਪਣਾ ਐਨੀਮਲ ਬਹੁਤ ਜ਼ਿਆਦਾ ਗਰਮੀ 'ਚ ਸੂ ਰਿਹਾ, ਜਿੱਦਾਂ ਜੂਨ ਜੁਲਾਈ ਅਗਸਤ ਦੇ ਮਹੀਨੇ ਆ ਜਦੋਂ ਆਪਾਂ ਦੇਖਦੇ ਬਹੁਤ ਜ਼ਿਆਦਾ ਗਰਮੀ ਹੁੰਦੀ ਆ, ਆਪਣੇ HF ਗਾਵਾਂ ਬਹੁਤ ਜ਼ਿਆਦਾ ਸਟ੍ਰੈਸ 'ਚ ਹੁੰਦੀਆਂ, ਜੇ ਆਪਣਾ ਐਨੀਮਲ ਉਹਨਾਂ ਉਸ ਟਾਈਮ ਸੂ ਰਿਹਾ ਤਾਂ ਉਦੋਂ ਵੀ ਜੇਰ ਫਸਣ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਆ।
ਬਿਲਕੁਲ ਡਾਕਟਰ ਸਾਹਿਬ ਨੇ ਜਿਵੇਂ ਬਹੁਤ ਹੀ ਪ੍ਰਮੁੱਖ ਕਾਰਨ ਜਿਹੜੇ ਨੇ ਉਹਨਾਂ ਉੱਤੇ ਪੂਰਨ ਤੌਰ 'ਤੇ ਰੋਸ਼ਨੀ ਪਾਈ। ਇੱਥੇ ਡਾਕਟਰ ਸਾਹਿਬ ਇਹ ਵੀ ਮੈਂ ਜਾਣਨਾ ਚਾਹਾਂਗਾ ਕਿ ਜੇਰ ਫਸਲ ਦਾ ਪਸ਼ੂ ਨੂੰ ਨੁਕਸਾਨ ਜਿਹੜਾ ਉਹ ਕੀ ਹੁੰਦਾ ਅਤੇ ਕਿਸਾਨ ਦੀ ਜੇਬ 'ਤੇ ਜੇ ਅਸੀਂ ਕਹੀਏ ਡਾਕਾ ਜਿਹੜਾ ਉਹ ਕਿਵੇਂ ਪੈਂਦਾ ਫਿਰ? ਦੇਖੋ ਜੀ, ਜਿੱਦਾਂ ਆਪਾਂ ਪਿੱਛੇ ਗੱਲ ਕੀਤੀ ਕਿ ਜੇਰ ਫਸਣ ਦੇ ਕਾਰਨ ਕੀ ਹਨ, ਹੁਣ ਆਪਾਂ ਦੇਖਦੇ ਹਾਂ ਕਿ ਜੇ ਜੇਰ ਐਨੀਮਲ 'ਚ ਫਸ ਗਈ ਤਾਂ ਤੁਸੀਂ ਦੇਖੋ ਐਨੀਮਲ ਜਿੱਦਣ ਸੂ ਰਿਹਾ, ਜੇ ਉਹ ਪਹਿਲੇ ਦਿਨ ਤੋਂ ਸਟ੍ਰੈਸ 'ਚ ਆ ਗਿਆ ਤਾਂ ਜਿਹੜੇ ਉਹਦੇ ਆਉਣ ਵਾਲਾ ਇੱਕ ਸੂਆ 8 ਤੋਂ 10 ਮਹੀਨੇ ਦਾ ਸੂਆ ਜਿਹੜਾ ਉਹ ਸਾਰਾ ਡਿਸਟਰਬ ਹੋ ਜਾਂਦਾ। ਉਸ ਵਿੱਚ ਕੀ ਹੈ, ਸਭ ਤੋਂ ਪਹਿਲਾਂ ਜੇ ਐਨੀਮਲ ਸਟ੍ਰੈਸ 'ਚ ਆ ਜਾਂ ਜੇਰ ਫਸੀ ਹੋਈ ਆ ਤਾਂ ਉਹਨੂੰ ਬੁਖਾਰ ਵੀ ਆਊਗਾ, ਉਹਨੂੰ ਹੋਰ ਦਿੱਕਤਾਂ ਵੀ ਸ਼ੁਰੂ ਹੋਣਗੀਆਂ, ਤਾਂ ਉਹਦੇ ਕਰਕੇ ਕੀ ਹੈ, ਜਿਹੜਾ ਉਹਦਾ ਓਵਰਆਲ ਮਿਲਕ ਯੀਲਡ ਹੈ ਜਿਹੜਾ ਉਹਨੇ ਸਾਰੇ ਸਾਲ 'ਚ ਦੁੱਧ ਦੇਣਾ ਤਾਂ ਉਹਦੇ ਵਿੱਚ ਬਹੁਤ ਗਿਰਾਵਟ ਆ ਜਾਂਦੀ ਹੈ। ਉਸ ਤੋਂ ਬਾਅਦ ਗੱਲ ਕਰੀਏ ਜੇ ਐਨੀਮਲ ਦੀ ਜੇਰ ਫਸੀ ਹੈ ਤਾਂ ਇਹਦਾ ਮਤਲਬ ਜਿਹੜਾ ਉਹ ਟ੍ਰਾਂਜੀਸ਼ਨ ਪੀਰੀਅਡ ਸੀ ਉਹਦੇ ਆਪਾਂ ਉਹਦੀ ਚੰਗੀ ਦੇਖਭਾਲ ਨਹੀਂ ਕੀਤੀ, ਤਾਂ ਇਹਦੇ ਕਰਕੇ ਕੀ ਹੈ, ਜਿਹੜੀਆਂ ਹੋਰ ਮੈਟਾਬੋਲਿਕ ਡਿਸਆਰਡਰਸ ਹੈ ਜਿਵੇਂ ਕਿ ਸਾਰੇ ਕਿਸਾਨ ਵੀਰ ਜਾਣਦੇ ਮਿਲਕ ਫੀਵਰ ਹੈ, ਡਾਊਨਰ ਕਾਊ ਸਿੰਡਰੋਮ ਹੈ, ਕਿਟੋਸਿਸ ਹੈ, ਇਹ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ, ਤਾਂ ਇਹ ਇੱਦਾਂ ਦੀਆਂ ਭਿਆਨਕ ਬਿਮਾਰੀਆਂ ਜੇ ਆਪਾਂ ਇਹਨਾਂ ਨੂੰ ਸਮੇਂ ਸਿਰ ਨਹੀਂ ਸੰਭਾਲਦੇ ਤਾਂ ਕਈ ਵਾਰ ਐਨੀਮਲ ਦੀ ਡੈਥ ਵੀ ਹੋ ਜਾਂਦੀ ਹੈ। ਇਸ ਤੋਂ ਬਾਅਦ ਜੇ ਵਿੱਚ ਐਨੀਮਲ ਦੀ ਜੇਰ ਫਸੀ ਹੋਈ ਹੈ, ਕਈ ਵਾਰ ਆਪਾਂ ਦੇਖਦੇ ਹਾਂ ਕਿ ਅੱਧੀ 'ਚ ਜੇਰ ਅੰਦਰ ਰਹਿ ਜਾਂਦੀ, ਅੱਧੀ 'ਚ ਬਾਹਰ ਲਮਕਰੀ ਹੁੰਦੀ ਹੈ, ਤਾਂ ਉਹਦੇ ਕਰਕੇ ਕੀ ਹੈ, ਉੱਥੇ ਜਿਹੜੀ ਜੇਰ ਬਾਹਰ ਲਮਕਰੀ ਉੱਥੇ ਗੋਬਰ ਪਿਸ਼ਾਬ ਵੀ ਲੱਗਣਾ ਹੈ, ਮਿੱਟੀ ਵੀ ਲੱਗਣੀ ਹੈ, ਉਹਦੇ ਕਰਕੇ ਕਈ ਵਾਰ ਬਾਹਰੋਂ ਐਨੀਮਲ ਦੇ ਅੰਦਰ ਬੱਚੇਦਾਨੀ 'ਚ ਇਨਫੈਕਸ਼ਨ ਚਲਾ ਜਾਂਦਾ, ਜਿਹਨੂੰ ਆਪਾਂ ਮੈਟਰਾਈਟਿਸ ਵੀ ਕਹਿ ਦਿੰਦੇ ਹਾਂ। ਤਾਂ ਉਸ ਇਨਫੈਕਸ਼ਨ ਦੇ ਕਾਰਨ ਕੀ ਹੁੰਦਾ, ਐਨੀਮਲ 'ਚ ਪਸ ਆਊਗੀ, ਜਾਂ ਜੇ ਆਪਾਂ ਲੌਂਗ ਟਰਮ 'ਚ ਦੇਖੀਏ ਤਾਂ ਐਨੀਮਲ ਕਈ ਵਾਰ ਕਾਫੀ ਟਾਈਮ ਹੀਟ ਨਹੀਂ ਦਿਖਾਉਂਦੇ, ਜੇ ਹੀਟ ਦਿਖਾ ਰਹੇ ਆ ਤਾਂ ਆਪਾਂ ਟੀਕਾਕਰਨ ਕਰਦੇ ਹਾਂ, ਐਨੀਮਲ ਰਹਿੰਦੇ ਨਹੀਂ, ਮਤਲਬ ਐਨੀਮਲ ਰਿਪੀਟ ਹੋ ਜਾਂਦੇ ਆ। ਦੇਖੋ ਜੇ ਆਪਣਾ ਐਨੀਮਲ ਸਾਰੇ ਸੂਏ 'ਚ ਜੋ ਸ਼ੁਰੂ 'ਚੋਂ ਡਿਸਟਰਬ ਹੋ ਗਿਆ, ਉਹਨੇ ਸਾਰੇ ਸੂਏ ਦਾ 500-700 ਲੀਟਰ ਦੁੱਧ ਵੀ ਘੱਟ ਦਿੱਤਾ, ਤਾਂ ਉਹ ਇੱਕ ਬਹੁਤ ਵੱਡਾ ਬੋਝ ਹੈ ਫਾਰਮਰ ਦੀ ਜੇਬ 'ਤੇ। ਉਸ ਤੋਂ ਬਾਅਦ ਗੱਲ ਕਰੀਏ ਜਿੱਦਾਂ ਐਨੀਮਲ ਰਿਪੀਟ ਹੋ ਗਿਆ, ਉਹਦਾ ਸੂਆ ਲੰਬਾ ਚਲਾ ਗਿਆ, ਉਹ ਵੀ ਫਾਰਮਰ 'ਤੇ ਬੋਝ ਹੈ। ਫਿਰ ਦੇਖੋ ਜੇ ਉਹਨੂੰ ਇਨਫੈਕਸ਼ਨ ਹੋ ਰਿਹਾ, ਆਪਾਂ 5-7 ਦਿਨ ਉਹਦੇ 'ਤੇ ਐਂਟੀਬਾਇਓਟਿਕ ਲਾਇਆ, ਜੇ ਤੁਸੀਂ ਮੈਟਰਾਈਟਿਸ ਦਾ ਜਿਹੜਾ ਟ੍ਰੀਟਮੈਂਟ ਜੇ ਕੁਆਲੀਫਾਈਡ ਡਾਕਟਰ ਤੋਂ ਕਰਵਾ ਰਹੇ ਹੋ ਤਾਂ ਮੋਟਾ ਮੋਟਾ 4-5 ਹਜ਼ਾਰ ਰੁਪਏ ਦਾ ਖਰਚਾ। ਫਿਰ ਜੇ ਉਹ 5-7 ਦਿਨ ਆਪਾਂ ਉਹਨੂੰ ਐਂਟੀਬਾਇਓਟਿਕ ਲਾ ਰਹੇ ਹਾਂ ਤਾਂ ਜਿਹੜਾ ਉਹ ਦੁੱਧ ਹੈ ਉਹ ਦੁੱਧ 'ਚ ਵੀ ਐਂਟੀਬਾਇਓਟਿਕ ਆਉਣਾ, ਤਾਂ ਆਪਾਂ ਨੂੰ ਉਹ ਦੁੱਧ ਵੀ ਸੁੱਟਣਾ ਪੈਂਦਾ, ਤਾਂ ਇਸ ਕਰਕੇ ਕਾਫੀ ਨੁਕਸਾਨ ਨੇ ਜਿਹੜੇ ਫਾਰਮਰ ਨੂੰ ਵੀ ਝੱਲਣੇ ਪੈਂਦੇ ਆ। ਬਿਲਕੁਲ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਇੱਕ ਜਿਹੜੀ ਜੇਰ ਫਸਣ ਦੀ ਸਮੱਸਿਆ ਜਿਹੜੀ ਆ ਉਹ ਕਿੰਨੀਆਂ ਬਿਮਾਰੀਆਂ ਨੂੰ ਜਨਮ ਦੇ ਸਕਦੀ ਹੈ, ਕਿਵੇਂ ਕਿਸਾਨ ਦੀ ਜੇਬ ਦੇ ਉੱਤੇ ਇਸਦਾ ਅਸਰ, ਇਸਦਾ ਬੋਝ ਜਿਹੜਾ ਉਹ ਕਿਸਾਨ ਨੂੰ ਸਹਿਣਾ ਪੈ ਸਕਦਾ, ਇਸ ਲਈ ਸ਼ੁਰੂਆਤ ਤੋਂ ਹੀ ਧਿਆਨ ਦੇਣਾ ਜਿਹੜਾ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ, ਕਿਸਾਨ ਵੀਰਾਂ ਦੇ ਮਨਾਂ ਵਿੱਚ ਵੀ ਬਹੁਤ ਸਾਰੇ ਸਵਾਲ ਹੋਣਗੇ, ਉਹ ਵੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਬਸ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖਦੇ ਰਹੋ ਅਸੀਂ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 4। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ, ਤੁਸੀਂ ਵੇਖ ਰਹੇ ਹੋ ਅਸੀਂ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 4, ਅਤੇ ਅੱਜ ਦਾ ਵਿਸ਼ਾ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਪਸ਼ੂ ਦੀ ਜੇਰ ਫਸੇਗੀ, ਕਿਸਾਨ ਦਾ ਹੋਵੇਗਾ ਨੁਕਸਾਨ ਅਤੇ ਪਸ਼ੂ ਦੀ ਸਿਹਤ ਵੀ ਘਟੇਗੀ, ਜਿਸ ਬਾਰੇ ਗੱਲ ਕਰ ਰਹੇ ਨੇ ਸਾਡੇ ਨਾਲ ਅਸੀਂ ਡਾਕਟਰ ਨਵਨੀਤ ਸਿੰਘ ਗਿੱਲ। ਡਾਕਟਰ ਸਾਹਿਬ, ਹੁਣ ਤੱਕ ਬਹੁਤ ਹੀ ਵਿਸਥਾਰਪੂਰਵਕ ਤੁਸੀਂ ਜਾਣਕਾਰੀ ਦਿੱਤੀ ਹੈ, ਹੁਣ ਕਿਸਾਨ ਵੀਰਾਂ ਦੇ ਮਨਾਂ ਵਿੱਚ ਜੋ ਸਵਾਲ ਨੇ ਅੱਜ ਦੇ ਵਿਸ਼ੇ ਮੁਤਾਲਕ ਉਹ ਤੁਹਾਡੇ ਤੱਕ ਪਹੁੰਚਾਉਂਦੇ ਆ, ਉਹਦੇ ਜਵਾਬ ਜਾਣਨਾ ਚਾਹਾਂਗੇ। ਪਹਿਲੇ ਕਿਸਾਨ ਵੀਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਨਮਸਕਾਰ ਡਾਕਟਰ ਸਾਹਿਬ, ਮੇਰਾ ਨਾਮ ਵਰੁਣ ਹੈ, ਮੈਂ ਰੋਪੜ ਡਿਸਟ੍ਰਿਕਟ 'ਤੇ ਗੱਲ ਕਰ ਰਿਹਾ। ਮੇਰੇ ਕੋਲ 20 ਐਨੀਮਲ ਹੈ ਜੀ, ਮੇਰੇ ਫਾਰਮ 'ਤੇ ਜੇਰ ਫਸਣ ਦੀ ਬਹੁਤ ਪ੍ਰੋਬਲਮ ਆ ਰਹੀ ਹੈ, ਅਤੇ ਮੈਨੂੰ ਇਹਦੇ ਹੱਲ ਬਾਰੇ ਦੱਸਿਆ ਜਾਵੇ ਜੀ, ਧੰਨਵਾਦ ਜੀ। ਹਾਂਜੀ ਨਿਖਿਲ ਜੀ, ਬਹੁਤ ਵਧੀਆ ਸਵਾਲ ਪੁੱਛਿਆ ਜੀ ਇਹਨਾਂ ਨੇ। ਦੇਖੋ, ਜਿੱਦਾਂ ਆਪਾਂ ਪਿੱਛੇ ਡਿਸਕਸ ਕੀਤਾ ਕਿ ਜੇ ਜੇਰ ਫਸ ਰਹੀ ਆ ਤਾਂ ਐਨੀਮਲ ਦੇ ਨਾਲ ਨਾਲ ਫਾਰਮਰ ਦੀ ਜੇਬ 'ਤੇ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਤਾਂ ਇਸ ਕਰਕੇ ਆਪਾਂ ਅੱਜ ਕੁਛ ਇੱਦਾਂ ਦੇ ਸਟੈਪ ਦੇਖਾਂਗੇ ਜੋ ਆਪਾਂ ਫਾਰਮ 'ਤੇ ਕਰ ਸਕਦੇ ਹਾਂ, ਜਿਸ ਕਰਕੇ ਆਪਾਂ ਨੂੰ ਇਹ ਸਮੱਸਿਆ ਦਾ ਵੈਸੇ ਹੀ ਹੱਲ ਹੋ ਜਾਵੇ, ਇਹ ਸਮੱਸਿਆ ਆਪਾਂ ਨੂੰ ਫਾਰਮ 'ਤੇ ਆਵੇ ਹੀ ਨਾ। ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਡਰਾਈ ਪੀਰੀਅਡ ਮੈਨੇਜਮੈਂਟ, ਇਹਦੇ ਵਿੱਚ ਕੀ ਹੈ, ਆਪਾਂ ਡੀਕੈਟ ਨੈਗੇਟਿਵ ਰੱਖਣਾ,
ਉਹ ਕੋਈ ਬਾਲਾ ਔਖਾ ਤਰੀਕਾ ਨਹੀਂ ਹੈ ਜੀ। ਉਹਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਹੈ ਫਾਰਮਰਾਂ ਨੂੰ ਜੀ ਕਿ ਉਹ ਮਤਲਬ ਆਪਣੇ ਕੋਈ ਘਰ ਦਾ ਜਾਂ ਦੇਸੀ ਫਾਰਮੂਲਾ ਨਾ ਵਰਤਣ, ਉਹ ਇੱਕ ਪ੍ਰੋਪਰ ਚੰਗੀ ਵਧੀਆ ਕੁਆਲਿਟੀ ਟਰਾਂਜੀਸ਼ਨ ਫੀਡ ਦੀ ਵਰਤੋਂ ਕਰਨ। ਫੀਡ ਦੇ ਨਾਲ ਨਾਲ ਕੀ ਹੈ, ਜਿਹੜੇ ਵਿਟਾਮਿਨ ਮਿਨਰਲ ਹੈ ਤਾਂ ਉਹ ਵੀ ਜੋ ਉਸ ਪੀਰੀਅਡ 'ਚ ਆਪਣੇ ਪਸ਼ੂ ਨੂੰ ਚਾਹੀਦੇ ਸਿਰਫ ਉਹੀ ਦੇਣ। ਕਿਉਂਕਿ ਕਈ ਵਾਰ ਆਪਾਂ ਦੇਖਦੇ ਹਾਂ ਪਿੰਡਾਂ 'ਚ ਕੀ ਹੈ, ਜਿਵੇਂ ਆਪਣੇ ਫਾਰਮਰ ਡਾਲਡਾ ਘਿਓ ਦੇਤਾ, ਦੇਸੀ ਘਿਓ ਦੇਤਾ ਜਾਂ ਹੋਰ ਇੱਦਾਂ ਦੀਆਂ ਚੀਜ਼ਾਂ ਦੇਤੀਆਂ ਜੋ ਉਸ ਟਾਈਮ ਆਪਣੇ ਜਾਨਵਰ ਨੂੰ ਨਹੀਂ ਚਾਹੀਦੀਆਂ। ਫੀਡ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਹਰੇ ਚਾਰੇ ਦੀ, ਜਿੱਦਾਂ ਸਰਦੀਆਂ 'ਚ ਹਰਾ ਚਾਰਾ ਹਾਈ ਪ੍ਰੋਟੀਨ ਗਰਾਸ ਆਪਣੇ ਕੋਲ ਜ਼ਿਆਦਾ ਹੈ, ਬਰਸੀਮ ਹੈ, ਮੱਖਣ ਟੈ, ਫਾਰਮਰ ਕੀ ਕਰਦੇ ਆ ਉਹਨਾਂ ਨੂੰ ਖੁੱਲ੍ਹੀ ਮਾਤਰਾ 'ਚ ਦਿੰਦੇ ਆ। ਪਰ ਆਪਾਂ ਕੀ ਕਰਨਾ, ਜਿਹੜਾ ਜਦੋਂ ਐਨੀਮਲ ਟ੍ਰਾਂਜੀਸ਼ਨ ਪੀਰੀਅਡ ਆ ਸੂਨ ਦੇ ਨੇੜੇ ਆ, ਆਪਾਂ ਇਹਨਾਂ ਗਰਾਸਿਸ ਦੀ ਵਰਤੋਂ ਨਹੀਂ ਕਰਨੀ। ਤਾਂ ਹੋ ਸਕਦੇ ਕੋਸ਼ਿਸ਼ ਕਰੋ ਕਿ ਸਾਈਲੇਜ ਦੀ ਮੱਕੀ ਦੇ ਚਾਰ ਦੀ ਵਰਤੋਂ ਕਰੋ, ਉਹਨੂੰ ਵੀ ਮੱਕੀ ਦੇ ਚਾਰ ਨੂੰ ਵੀ ਖੁੱਲ੍ਹਾ ਨਾ ਦਿਉ, ਜਿੰਨੀ ਐਨੀਮਲ ਨੂੰ ਲੋੜ ਆ ਓਨਾ ਹੀ ਦਿਉ। ਤਾਂ ਇਸ ਤੋਂ ਇਲਾਵਾ ਜਿਹੜਾ ਆਪਾਂ ਦੂਜਾ ਕੀ ਹੈ, ਜੋ ਵਿਟਾਮਿਨ ਮਿਨਰਲ ਨੇ ਉਹ ਸਹੀ ਮਾਤਰਾ 'ਚ ਦਿਉ, ਅਤੇ ਜਿਹੜਾ ਐਨੀਮਲ ਦਾ ਡਰਾਈ ਮੈਟਰ ਇਨਟੇਕ ਆ ਉਹਨੂੰ ਮੇਨਟੇਨ ਰੱਖੋ, ਤਾਂ ਕਿ ਐਨੀਮਲ ਦਾ ਜਿਹੜਾ BCS ਹੈ ਉਹ ਨਾ ਤਾਂ ਜ਼ਿਆਦਾ ਓਵਰ ਹੋਵੇ ਨਾ ਡਾਊਨ ਹੋਵੇ। ਕਿਉਂਕਿ ਜੇ ਐਨੀਮਲ ਵੀਕ ਹੈ, ਉਹਦਾ BCS ਡਾਊਨ ਹੈ, ਤਾਂ ਉਹ ਮਤਲਬ ਜੇਰ ਬਾਹਰ ਆਉਣ ਦੇ ਚਾਂਸ ਬਹੁਤ ਘੱਟ ਜਾਂਦੇ। ਅਤੇ ਜੇ ਐਨੀਮਲ ਓਵਰ ਫੈਟ ਹੈ, ਮਤਲਬ ਆਪਾਂ ਜ਼ਿਆਦਾ ਮੋਟਾ ਕਰ ਲਿਆ, ਤਾਂ ਉੱਥੇ ਆਪਾਂ ਨੂੰ ਮੈਟਾਬੋਲਿਕ ਡਿਜ਼ੀਜ਼ ਬਹੁਤ ਸ਼ੁਰੂ ਹੋ ਜਾਂਦੀਆਂ। ਇਸ ਤੋਂ ਇਲਾਵਾ ਆਪਣੇ ਪਿੰਡਾਂ 'ਚ ਨਿਖਿਲ ਜੀ ਰੀਤ ਹੈ ਕਿ ਆਪਣੇ ਜਿਹੜੇ ਬੱਚੇ ਆ, ਸੂਨ ਤੋਂ ਬਾਅਦ ਬੱਚੇ ਨੂੰ ਆਪਾਂ ਉਦੋਂ ਤੱਕ ਦੁੱਧ ਨਹੀਂ ਪਿਆਉਂਦੇ ਜਦੋਂ ਤੱਕ ਉਹ ਕਹਿੰਦੇ ਕਿ ਆਪਣੀ ਗਾਣੇ ਜੇਰ ਨਹੀਂ ਸੁੱਟੀ। ਪਰ ਸਾਇੰਸ ਇੱਦਾਂ ਉਲਟ ਕਹਿੰਦੀ ਹੈ, ਉਹ ਕਹਿੰਦੀ ਸਾਇੰਸ 'ਚ ਕੀ ਹੈ, ਜਿਹੜਾ ਇੱਕ ਓਕਸੀਟੋਸਿਨ ਹਾਰਮੋਨ ਹੁੰਦਾ ਗਾਂ 'ਚ, ਉਸ ਹਾਰਮੋਨ ਦਾ ਕੰਮ ਕੀ ਹੁੰਦਾ, ਸੂਨ ਤੋਂ ਬਾਅਦ ਉਹ ਹਾਰਮੋਨ ਬੱਚੇਦਾਨੀ ਨੂੰ ਕੰਟਰੈਕਟ ਕਰਦਾ, ਉਹਦੇ ਨਾਲ ਕੀ ਹੈ ਜੇਰ ਬਾਹਰ ਆ ਜਾਂਦੀ ਹੈ। ਪਰ ਉਹ ਹਾਰਮੋਨ ਉਦੋਂ ਹੀ ਰਿਲੀਜ਼ ਹੁੰਦਾ ਗਾਂ 'ਚ ਜਦੋਂ ਉਹਦਾ ਬੱਚਾ ਜਿਹੜਾ ਗਾਣੇ ਦਿੱਤਾ ਉਹ ਦੁੱਧ ਚੁੰਘਦਾ। ਤਾਂ ਮੇਰੀ ਕਿਸਾਨ ਵੀਰਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਇਹ ਜੇਰ ਸੁੱਟਣ ਦਾ ਵੇਟ ਨਾ ਕਰੋ, ਸੂਨ ਤੋਂ ਬਾਅਦ 2-3-4 ਘੰਟਿਆਂ ਦੇ ਵਿੱਚ ਬੱਚੇ ਨੂੰ ਦੁੱਧ ਪਿਆਓ, ਤਾਂ ਕਿ ਜਿਹੜਾ ਹਾਰਮੋਨ ਜਾਂ ਓਕਸੀਟੋਸਿਨ ਹਾਰਮੋਨ ਰਿਲੀਜ਼ ਹੁੰਦਾ, ਤਾਂ ਉਹਦੇ ਕਰਕੇ ਜੇਰ ਆਸਾਨੀ ਨਾਲ ਬਾਹਰ ਆ ਜਾਂਦੀ ਹੈ। ਬਿਲਕੁਲ ਕਿਸਾਨ ਵੀਰੋ, ਡਾਕਟਰ ਸਾਹਿਬ ਨੇ ਬਹੁਤ ਹੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਕਿ ਕਿਵੇਂ ਟ੍ਰਾਂਜੀਸ਼ਨ ਡਰਾਈ ਪੀਰੀਅਡ ਦੌਰਾਨ ਫੀਡ ਦਾ ਜਿਹੜਾ ਉਹ ਤੁਸੀਂ ਧਿਆਨ ਰੱਖਣਾ, ਪ੍ਰੋਪਰ ਮੈਨੇਜਮੈਂਟ ਹੋਣੀ ਚਾਹੀਦੀ ਹੈ। ਅਤੇ ਜੋ ਇੱਕ ਰੀਤ ਚੱਲਦੀ ਆ ਰਹੀ ਹੈ ਉਹ ਉਸਨੂੰ ਨਾ ਫੋਲੋ ਕਰਦੇ ਹੋਏ ਤੁਸੀਂ ਜੋ ਸਾਇੰਸ ਕਹਿ ਰਹੀ, ਜੋ ਡਾਕਟਰ ਸਾਹਿਬ ਕਹਿ ਰਹੇ, ਉਸ ਵੱਲ ਜ਼ਰੂਰ ਧਿਆਨ ਦੇਣਾ। ਇਸ ਦੇ ਨਾਲ ਹੀ ਹੁਣ ਡਾਕਟਰ ਸਾਹਿਬ ਅਗਲੇ ਕਿਸਾਨ ਵੀਰ ਵੀ ਸਾਡੇ ਨਾਲ ਜੁੜ ਚੁੱਕੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਮੇਰਾ ਨਾਮ ਗੁਰਵਿੰਦਰ ਸਿੰਘ, ਪਿੰਡ ਅਰਾਈ ਮਾਜਰਾ, ਤਹਿਸੀਲ ਸਮਾਣਾ, ਜ਼ਿਲ੍ਹਾ ਪਟਿਆਲਾ। ਟ੍ਰਾਂਜ਼ਿਟ ਪੀਰੀਅਡ ਵਿੱਚ ਸਾਨੂੰ ਕਿਹੜੇ ਫੀਡ ਸਪਲੀਮੈਂਟ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ? ਬਹੁਤ ਵਧੀਆ ਸਵਾਲ ਹੈ ਜੀ ਇਹਨਾਂ ਦਾ। ਦੇਖੋ, ਜਿੱਦਾਂ ਆਪਾਂ ਪਿੱਛੇ ਗੱਲ ਕੀਤੀ ਕਿ ਟ੍ਰਾਂਜੀਸ਼ਨ ਫੀਡ ਦੀ ਤੁਸੀਂ ਵਰਤੋਂ ਜ਼ਰੂਰ ਕਰੋ। ਕਈ ਵਾਰ ਕੀ ਹੁੰਦਾ ਕਿ ਪਿੰਡਾਂ 'ਚ ਜਿਹੜਾ ਆਪਣੇ ਕਿਸਾਨ ਵੀਰ ਆ, ਫੀਡ ਦੀ ਵਰਤੋਂ ਤਾਂ ਕਰਦੇ ਆ, ਪਰ ਕੁਛ ਜ਼ਰੂਰੀ ਸਪਲੀਮੈਂਟਸ ਹੁੰਦੇ ਆ ਜਿਹੜੇ ਆਪਾਂ ਉਸ ਪੀਰੀਅਡ 'ਚ ਦੇਣੇ ਜ਼ਰੂਰੀ ਹੁੰਦੇ ਆ। ਤਾਂ ਜੇ ਕਈ ਵਾਰ ਕਿਸਾਨ ਕੀ ਆ, ਫੀਡ ਤਾਂ ਯੂਜ ਕਰ ਰਹੇ ਆ ਪਰ ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੈ ਕਿ ਵਿਟਾਮਿਨ ਮਿਨਰਲ ਕਿਹੜੇ ਯੂਜ ਕਰਨੇ, ਤਾਂ ਕਿ ਇਸ ਕਰਕੇ ਕੀ ਹੁੰਦਾ ਕਈ ਵਾਰ ਜੇਰ ਫਸ ਜਾਂਦੀ ਹੈ ਜੇ ਉਹ ਵਿਟਾਮਿਨ ਮਿਨਰਲ ਜਾਂ ਗਲਤ ਦੇ ਰਿਹਾ ਜਾਂ ਉਹ ਪੂਰੀ ਮਾਤਰਾ 'ਚ ਨਹੀਂ ਦੇ ਰਿਹਾ। ਤਾਂ ਇਹਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੈ ਠੀਕਰੀ ਨਿਸ਼ਾਦਰ, ਜਿਸ ਦੀ ਵਰਤੋਂ ਆਪਾਂ ਕਿਸਾਨ ਵੀਰਾਂ ਨੂੰ ਕਹਿੰਦੇ ਹਾਂ ਕਿ 15-20 ਦਿਨ ਸੂਨ ਤੋਂ ਪਹਿਲਾਂ ਸ਼ੁਰੂ ਕਰ ਦਿਉ, 50-100 ਗ੍ਰਾਮ ਦੀ ਡੋਜ਼ ਵਿੱਚ। ਠੀਕਰੀ ਨਿਸ਼ਾਦਰ ਕੀ ਕਰਦਾ, ਡੀ ਕੈਟ ਨੈਗੇਟਿਵ ਰੱਖਣ 'ਚ ਬਹੁਤ ਵੱਡਾ ਰੋਲ ਹੈ। ਅਤੇ ਜੇ ਆਪਣੇ ਐਨੀਮਲ ਦਾ ਡੀ ਕੈਟ ਨੈਗੇਟਿਵ ਹੈ ਤਾਂ ਬਹੁਤ ਚਾਂਸ ਹੁੰਦੇ ਆ ਕਿ ਐਨੀਮਲ ਦੀ ਜੇਰ ਨਹੀਂ ਫਸਦੀ। ਜਿਹੜਾ ਆਪਣਾ ਦੂਜਾ ਆਪਾਂ ਗੱਲ ਕਰੀਏ, ਉਹ ਸਭ ਤੋਂ ਜ਼ਰੂਰੀ ਕਰੋਮੀਅਮ। ਕਰੋਮੀਅਮ ਦਾ ਕੀ ਰੋਲ ਹੈ ਜੀ, ਉਹ ਜਿਹੜਾ ਆਪਾਂ ਪਿੱਛੇ ਗੱਲ ਕੀਤੀ ਜੇ ਐਨੀਮਲ ਨੂੰ ਨੈਗੇਟਿਵ એનર્ਜੀ ਬੈਲੈਂਸ 'ਚ ਜੇ ਐਨੀਮਲ, ਤਾਂ ਉਹਦੇ ਜੇਰ ਫਸਣ ਦੇ ਚਾਂਸ ਬਹੁਤ ਵੱਧ ਜਾਂਦੇ ਆ। ਤਾਂ ਜਿਹੜਾ ਕਰੋਮੀਅਮ ਹੈ ਉਹ ਹੈਲਪ ਕਰਦਾ ਨੈਗੇਟਿਵ એનર્ਜੀ ਬੈਲੈਂਸ ਤੋਂ ਐਨੀਮਲ ਨੂੰ ਬਚਾਉਣ ਨੂੰ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਕੁਛ ਵਿਟਾਮਿਨ ਮਿਨਰਲ ਹੁੰਦੇ ਜਿਵੇਂ ਵਿਟਾਮਿਨ ਈ ਅਤੇ ਸਿਲੇਨੀਅਮ,
ਇਹਨਾਂ ਦਾ ਬਹੁਤ ਵੱਡਾ ਰੋਲ ਹੈ ਪਰਟੀਕੁਲਰ ਜੇਰ ਲਈ। ਜੇ ਟ੍ਰਾਂਜੀਸ਼ਨ ਪੀਰੀਅਡ 'ਚ ਇਹਨਾਂ ਦੀ ਘਾਟ ਹੈ ਤਾਂ ਕੀ ਹੁੰਦਾ, ਜੇ ਵਿਟਾਮਿਨ ਈ ਅਤੇ ਸਿਲੇਨੀਅਮ ਆਪਾਂ ਸਹੀ ਮਾਤਰਾ 'ਚ ਨਹੀਂ ਦੇ ਰਹੇ ਤਾਂ ਜੇਰ ਫਸਣ ਦੇ ਚਾਂਸ ਬਹੁਤ ਹੋ ਜਾਂਦੇ ਆ। ਤਾਂ ਇਸ ਕਰਕੇ ਵਿਟਾਮਿਨ ਈ ਅਤੇ ਸਿਲੇਨੀਅਮ ਦੀ ਵਰਤੋਂ ਜ਼ਰੂਰ ਕਰੋ। ਅੱਜ ਕੱਲ੍ਹ ਜਿਹੜਾ ਸਿਲੇਨੀਅਮ ਹੈ ਉਹ ਔਰਗੈਨਿਕ ਫੋਰਮ 'ਚ ਵੀ ਬਾਜ਼ਾਰ 'ਚ ਉਪਲਬਧ ਹੈ, ਤਾਂ ਮੇਰੀ ਕਿਸਾਨ ਵੀਰਾਂ ਨੂੰ ਇਹੀ ਅਪੀਲ ਹੈ ਕਿ ਉਹਨੂੰ ਔਰਗੈਨਿਕ ਫੋਰਮ 'ਚ ਹੀ ਵਰਤੋ। ਬਿਲਕੁਲ, ਡਾਕਟਰ ਸਾਹਿਬ ਨੇ ਜੋ ਅਪੀਲ ਕੀਤੀ ਆ ਉਸ ਵੱਲ ਕਿਸਾਨ ਵੀਰਾਂ ਨੂੰ ਜ਼ਰੂਰ ਧਿਆਨ ਦੇਣਾ ਹੈ, ਜੇ ਉਹ ਚਾਹੁੰਦੇ ਨੇ ਕਿ ਪਸ਼ੂ ਦੀ ਜੇਰ ਜਿਹੜੀ ਹੈ ਉਹ ਨਾ ਫਸੇ। ਇਸ ਦੇ ਨਾਲ ਹੀ ਡਾਕਟਰ ਸਾਹਿਬ ਹੁਣ ਤੀਸਰੇ ਕਿਸਾਨ ਵੀਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਡਾਕਟਰ ਸਾਹਿਬ, ਮੈਂ ਜਸਵੰਤ ਸਿੰਘ ਬੋਲਦਾ ਪਿਆ ਜੀ, ਜ਼ਿਲ੍ਹਾ ਫਿਰੋਜ਼ਪੁਰ ਤੋਂ ਜੀ। ਡਾਕਟਰ ਸਾਹਿਬ, ਮੈਂ ਇਹ ਜਾਣਨਾ ਚਾਹੁੰਦਾ ਸੀਗਾ ਜੇ ਆਪਣੇ ਪਸ਼ੂ ਦੀ ਜੇਰ ਫਸ ਜੇ ਤਾਂ ਆਪਾਂ ਉਹਨੂੰ ਕਿੰਨੇ ਟਾਈਮ ਬਾਅਦ ਹੱਥ ਨਾਲ ਕਢਾ ਸਕਦੇ ਹਾਂ ਅਤੇ ਆਪਾਂ ਦਾ ਹੋਰ ਕੀ ਇਲਾਜ ਕਰ ਸਕਦੇ ਹਾਂ ਜੀ? ਹਾਂਜੀ ਨਿਖਿਲ ਜੀ, ਇਹ ਬਹੁਤ ਜ਼ਰੂਰੀ ਸਵਾਲ ਹੈ ਜੀ, ਕਿਉਂਕਿ ਆਪਾਂ ਪਿੰਡਾਂ 'ਚ ਦੇਖਦੇ ਹਾਂ ਜੀ ਜਿਹੜੇ ਆਪਣੇ ਕਿਸਾਨ ਵੀਰ ਆ ਸੂਣ ਤੋਂ 2-4-6 ਘੰਟੇ ਵੇਟ ਕਰਦੇ ਆ, ਉਸ ਤੋਂ ਬਾਅਦ ਇਮੀਡੀਏਟਲੀ ਕਿਸੇ ਡਾਕਟਰ ਨੂੰ ਬੁਲਾ ਕੇ ਵਿੱਚ ਹੱਥ ਪਵਾ ਕੇ ਮੈਨੂਅਲੀ ਜੇਰ ਕਢਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਇਹਦੇ ਵਿੱਚ ਮੈਂ ਕਿਸਾਨ ਵੀਰਾਂ ਦੱਸਣਾ ਚਾਹੂੰਗਾ ਕਿ ਕਮ ਸੇ ਕਮ 24 ਘੰਟੇ ਤੁਸੀਂ ਵੇਟ ਕਰੋ। 24 ਘੰਟੇ ਜੋ ਨੈਚੁਰਲ ਪ੍ਰੋਸੈਸ ਹੈ, ਇਹ 24 ਘੰਟੇ ਦੇ ਵਿੱਚ ਨੋਰਮਲੀ ਜੇ ਐਨੀਮਲ ਸਹੀ ਆ ਉਹ ਜੇਰ ਸੁੱਟ ਦਿੰਦਾ। ਉਸ ਤੋਂ ਬਾਅਦ ਵੀ ਜੇ ਅਸੀਂ ਕੋਸ਼ਿਸ਼ ਕਰਦੇ ਹਾਂ ਜੇ ਐਨੀਮਲ ਮਤਲਬ ਬਿਮਾਰ ਨਹੀਂ ਆ, ਉਹ ਖਾਣ ਪੀਣ ਉਹਦਾ ਠੀਕ ਹੈ, ਉਹ ਬੁਖਾਰ ਨਹੀਂ ਹੈ, ਚਾਹੇ ਜੇਰ ਅੰਦਰ ਹੀ ਆ, ਤਾਂ ਅਸੀਂ ਕਿਸਾਨ ਵੀਰਾਂ ਕਹਿੰਦੇ ਕਿ 48-72 ਘੰਟਿਆਂ ਤੱਕ ਤੁਸੀਂ ਵੇਟ ਕਰੋ ਕਿ ਜੇਰ ਆਪੇ ਡਿੱਗ ਪਏ। ਪਰ ਜੇ ਐਨੀਮਲ ਜੇਰ ਵਿੱਚ ਫਸ ਗਈ, ਐਨੀਮਲ ਖਾਣਾ ਪੀਣਾ ਵੀ ਛੱਡ ਗਿਆ, ਐਨੀਮਲ ਬਿਮਾਰ ਹੋ ਗਿਆ, ਤਾਂ ਫਿਰ ਆਪਾਂ ਕਹਿੰਦੇ ਹਾਂ ਕਿ ਉਹਨੂੰ 2-3 ਦਿਨ ਐਂਟੀਬਾਇਓਟਿਕ ਲਗਾਓ, ਕਈ ਵਾਰ ਆਪਾਂ ਨੂੰ ਡ੍ਰਿਪ ਵੀ ਲਗਾਉਣੀ ਪੈਂਦੀ ਹੈ। ਜੇ ਉਸ ਤੋਂ ਬਾਅਦ ਵੀ ਐਨੀਮਲ ਜੇਰ ਬਾਰ ਨਹੀਂ ਸੁੱਟ ਰਿਹਾ, ਕਿਉਂਕਿ ਅੱਜ ਕੱਲ੍ਹ ਬਾਜ਼ਾਰ 'ਚ ਹਰਬਲ ਮੈਡੀਸਿਨਸ ਬਹੁਤ ਆਉਂਦੀਆਂ ਜਿਹੜੀਆਂ ਆਪਾਂ ਬੱਚੇਦਾਨੀ 'ਚ ਰੱਖਦੇ ਹਾਂ, ਉਹਦੇ ਕਰਕੇ ਜੇਰ ਇੰਸਟੈਂਟਲੀ ਬਾਹਰ ਆ ਜਾਂਦੀ ਹੈ। ਪਰ ਜੇ ਇਹ ਮਤਲਬ ਆਪਾਂ ਵੇਟ ਵੀ ਕਰ ਲਈ, ਮੈਡੀਸਿਨਸ ਵੀ ਦੇ ਤੀਆਂ, ਜੇਰ ਨਹੀਂ ਆ ਰਹੀ, ਤਾਂ ਉਸ ਤੋਂ ਬਾਅਦ ਹੀ ਜੇਰ ਤੁਸੀਂ ਮੈਨੂਅਲੀ ਹੱਥ ਨਾਲ ਕਢਵਾਓ, ਅਤੇ ਉਹ ਵੀ ਕਿਸੇ ਵੈੱਲ ਕੁਆਲੀਫਾਈਡ ਵੈਟਨੇਰੀਅਨ ਤੋਂ ਕਢਵਾਓ। ਉਹਦੇ ਵਿੱਚ ਕੀ ਹੈ, ਜੇ ਆਪਾਂ ਮੈਨੂਅਲੀ ਜੇਰ ਕਢਵਾ ਰਹੇ ਹਾਂ ਤਾਂ ਕੋਸ਼ਿਸ਼ ਕਰੋ, ਜੇ ਤਾਂ ਹਲਕੀ ਅਟੈਚਮੈਂਟ ਹੈ ਜੇਰ ਦੀ ਤਾਂ ਉਹਨੂੰ ਕਢਵਾ ਲਓ, ਜੇ ਅਟੈਚਮੈਂਟ ਜ਼ਿਆਦਾ ਹੈ ਤਾਂ ਐਨੀਮਲ ਨਾਲ ਧੱਕਾ ਨਾ ਕਰੋ, ਕਿਉਂਕਿ ਉਹਦੇ ਕਰਕੇ ਕੋਈ ਪਰਮਾਨੈਂਟ ਡੈਮੇਜ ਵੀ ਹੋ ਜਾਂਦਾ, ਕਈ ਵਾਰ ਇੰਨਾ ਡੈਮੇਜ ਹੋ ਜਾਂਦਾ ਕਿ ਐਨੀਮਲ ਫਿਰ ਸਾਰੀ ਉਮਰ ਦੁਬਾਰਾ ਗੱਭਰ ਨਹੀਂ ਹੋ ਪਾਉਂਦਾ। ਤਾਂ ਇਸ ਕਰਕੇ ਕੋਸ਼ਿਸ਼ ਕਰੋ ਕਿ ਜ਼ਿਆਦਾ ਧੱਕਾ ਨਾ ਕਰੋ। ਉਸ ਤੋਂ ਇਲਾਵਾ ਉਹਦੀ ਫਲਸ਼ਿੰਗ ਕਰਵਾ ਲਓ, ਜੇ ਅੰਦਰ ਕੋਈ ਇਨਫੈਕਸ਼ਨ ਆ ਤਾਂ ਹੌਲੀ ਹੌਲੀ ਐਨੀਮਲ ਠੀਕ ਹੋ ਜਾਂਦਾ। ਤਾਂ ਐਂਡ 'ਤੇ ਮੇਰੀ ਕਿਸਾਨ ਵੀਰਾਂ ਨੂੰ ਇਹੀ ਅਪੀਲ ਹੈ ਕਿ ਜੇਰ ਫਸਣ ਦਿੱਕਤ ਆਪਾਂ ਨੂੰ ਫਾਰਮਾਂ 'ਤੇ ਆਉਂਦੀ ਹੈ ਤਾਂ ਤੁਸੀਂ ਥੋੜ੍ਹਾ ਜਿਹਾ ਧਿਆਨ ਰੱਖੋ ਉਹਨੂੰ, ਜੋ ਆਪਾਂ ਪਿੱਛੇ ਗੱਲਾਂ ਕੀਤੀਆਂ ਕਿ ਆਪਾਂ ਪ੍ਰਵੈਂਸ਼ਨ ਕਿਵੇਂ ਕਰਨੀ ਆ, ਤਾਂ ਉਹਨਾਂ ਚੀਜ਼ਾਂ ਧਿਆਨ ਰੱਖੋ ਤਾਂ ਕਿ ਐਨੀਮਲ 'ਚ ਜੇਰ ਨਾ ਫਸੇ। ਬਿਲਕੁਲ ਡਾਕਟਰ ਸਾਹਿਬ, ਬਹੁਤ ਹੀ ਤੁਹਾਡਾ ਸ਼ੁਕਰਗੁਜ਼ਾਰ ਹਾਂ ਅਸੀਂ, ਤੁਸੀਂ ਇੰਨੇ ਅਹਿਮ ਵਿਸ਼ੇ ਬਾਰੇ ਇੰਨੇ ਵਿਸਥਾਰਪੂਰਵਕ ਤੁਸੀਂ ਜਾਣਕਾਰੀ ਦਿੱਤੀ ਹੈ, ਬਹੁਤ ਬਹੁਤ ਧੰਨਵਾਦ। ਧੰਨਵਾਦ ਨਿਖਿਲ ਜੀ। ਅਤੇ ਇਹਦੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ, ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਸਿੱਧਾ ਫਾਰਮ 'ਤੇ ਲੈ ਚੱਲਾਂਗੇ ਅਤੇ ਅੱਜ ਦੇ ਵਿਸ਼ੇ ਮੁਤਲਕ ਕੁਝ ਹੋਰ ਜਾਣਕਾਰੀ ਦੇਵਾਂਗੇ। ਤੁਸੀਂ ਵੇਖਦੇ ਰਹੋ ਅਸੀਂ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 4। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ, ਤੁਸੀਂ ਵੇਖ ਰਹੇ ਹੋ ਅਸੀਂ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 4 ਅਤੇ ਅੱਜ ਦਾ ਵਿਸ਼ਾ ਜਿਹੜਾ ਬੜਾ ਅਹਿਮ ਵਿਸ਼ਾ ਹੈ ਕਿ ਪਸ਼ੂ ਦੀ ਜੇਰ ਫਸੇਗੀ, ਕਿਸਾਨ ਦਾ ਹੋਵੇਗਾ ਨੁਕਸਾਨ ਅਤੇ ਪਸ਼ੂ ਦੀ ਸਿਹਤ ਵੀ ਘਟੇਗੀ। ਇਸ ਬਾਰੇ ਹੋਰ ਜਾਣਕਾਰੀ ਲਈ ਤੁਹਾਨੂੰ ਸਿੱਧਾ ਫਾਰਮ 'ਤੇ ਲੈ ਚੱਲਦੇ ਹਾਂ। ਓਵਰ ਟੂ ਯੂ ਡਾਕਟਰ ਸਾਹਿਬ। ਥੈਂਕ ਯੂ ਨਿਖਿਲ ਜੀ। ਮੇਰਾ ਨਾਮ ਡਾਕਟਰ ਮੁਸਤਫਾ ਜੀ, ਅਤੇ ਮੈਂ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਥੈਂਕ ਯੂ ਕਰਦਾ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਵਿਸਥਾਰ ਨਾਲ ਸਮਝਾਇਆ। ਤਾਂ ਆਪਾਂ ਦੂਜੇ ਨੰਬਰ 'ਤੇ ਆਪਾਂ ਉਹਨਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਇਸ ਅੱਜ ਫਾਰਮ 'ਤੇ ਪਹੁੰਚੇ ਹਾਂ, ਤਾਂ ਆਪਾਂ ਉਹਨਾਂ ਗੱਲਾਂ ਬਾਰੇ ਤੁਹਾਨੂੰ ਦੱਸਾਂਗੇ ਜੋ ਕਿ ਆਪਾਂ ਆਪਣੇ ਪਸ਼ੂ ਦੇ ਜੇਰ ਫਸਣ ਤੋਂ ਬਚਾ ਸਕੀਏ।
ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਜਿਹੜੇ ਐਨੀਮਲ ਦਾ ਆਪਣਾ ਟ੍ਰਾਂਜੀਸ਼ਨ ਪੀਰੀਅਡ ਚੱਲ ਰਿਹਾ ਹੁੰਦਾ, ਉਹਨਾਂ ਨੂੰ ਆਪਾਂ ਅਲੱਗ ਪੈਨ 'ਚ ਰੱਖੀਏ, ਠੀਕ ਹੈ। ਔਰ ਦੂਜੇ ਨੰਬਰ 'ਤੇ ਆਪਾਂ ਗੱਲ ਕਰਾਂਗੇ ਕਿ ਜਿਹੜੇ ਆਪਾਂ ਉਸ ਪੋਸ਼ਨ ਜੋ ਟ੍ਰਾਂਜੀਸ਼ਨ ਪੈਣ ਵਾਲੇ ਐਨੀਮਲ ਨੇ ਉਹਨਾਂ ਨੂੰ ਆਪਾਂ ਟ੍ਰਾਂਜੀਸ਼ਨ ਚੰਗੀ ਭਰਪੂਰ, ਆਪਾਂ ਨੂੰ ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚ ਆਪਾਂ ਨੂੰ ਵਿਟਾਮਿਨ ਏ ਅਤੇ ਵਿਟਾਮਿਨ ਈ, ਸਲੀਨੀਅਮ ਵਗੈਰਾ ਵਰਗੇ ਸਪਲੀਮੈਂਟ ਦੇਣੇ ਚਾਹੀਦੇ ਆ, ਤਾਂ ਜੋ ਕਿ ਆਪਾਂ ਇਹਨਾਂ ਚੀਜ਼ਾਂ ਨਾਲ ਸਗੋਂ ਆਪਾਂ ਆਪਦੇ ਜਿਹੜਾ ਜੇਰ ਪੈਣ ਦੇ ਫਸਲ ਨੂੰ ਕਾਰਨ ਨੂੰ ਘਟਾ ਸਕੀਏ। ਤਾਂ ਔਰ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ, ਜਿਵੇਂ ਕਿ ਆਪਣੇ ਪਿੰਡਾਂ 'ਚ ਅਕਸਰ ਹੀ ਆਪਣੇ ਕਿਸਾਨ ਵੀਰ ਦੇਸੀ ਘਿਓ ਤੇਲ ਵਗੈਰਾ ਦਿੰਦੇ ਨੇ, ਠੀਕ ਹੈ। ਉਸ ਚੀਜ਼ ਤੋਂ ਪਰਹੇਜ਼ ਕਰਕੇ ਆਪਾਂ ਨੂੰ ਵਿਟਾਮਿਨ ਈ ਅਤੇ ਸਲੀਨੀਅਮ ਵਰਗੇ ਭਰਪੂਰ ਖਣਿਜ ਸਪਲੀਮੈਂਟ ਦੇਣੇ ਚਾਹੀਦੇ, ਜਾਂ ਜੋ ਕਿ ਆਪਾਂ ਆਪਦੇ ਐਨੀਮਲ ਨੂੰ ਜੇਰ ਫਸਣ ਦੇ ਕਾਰਨ ਤੋਂ ਰੋਕ ਸਕੀਏ। ਐਨੀਮਲ ਦੀ ਬੱਚੇ ਹੋਣ ਤੋਂ ਬਾਅਦ, ਐਨੀਮਲ ਦੇ ਸੂਣ ਤੋਂ ਬਾਅਦ 12 ਤੋਂ 24 ਘੰਟੇ ਦੀ ਵੇਟ ਕਰਨੀ ਚਾਹੀਦੀ ਆ। ਔਰ ਆਪਾਂ ਨੂੰ ਜਦੀ ਨਾਲ ਹੀ ਆਪਣਾ ਹੱਥ ਪਵਾ ਕੇ ਜਾਂ ਆਪ ਹੱਥ ਪਾ ਕੇ ਜਾਂ ਡਾਕਟਰ ਤੋਂ ਹੱਥ ਪਵਾ ਕੇ ਜੇਰ ਨਹੀਂ ਕਢਾਉਣੀ ਚਾਹੀਦੀ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਆਪਾਂ ਡਾਕਟਰ ਸਾਹਿਬ ਨੂੰ ਬੁਲਾ ਕੇ, ਕੁਆਲੀਫਾਈਡ ਵੈਟਨਰੀ ਡਾਕਟਰ ਨੂੰ ਬੁਲਾ ਕੇ ਉਹਨਾਂ ਤੋਂ ਟ੍ਰੀਟਮੈਂਟ ਕਰਵਾ ਸਕੀਏ। ਜੇ ਟ੍ਰੀਟਮੈਂਟ ਕਰਨ ਦੇ ਦੌਰਾਨ ਵੀ ਜੇ ਆਪਣੇ ਪਸ਼ੂ ਦੀ ਜੇਰ ਫਸ ਰਹੀ ਆ, ਉਦੋਂ ਬਾਅਦ ਆਪਾਂ ਨੂੰ ਹੱਥ ਨਾਲ ਜੇਰ ਕਢਵਾਉਣੀ ਚਾਹੀਦੀ ਹੈ, ਕਿਉਂਕਿ ਜੇਰ ਹੱਥ ਪਾਉਣ ਨਾਲ ਬਹੁਤ ਸਾਰੇ ਨੁਕਸਾਨ ਨੇ, ਜਿਵੇਂ ਕਿ ਆਪਾਂ ਨੂੰ ਪਸ਼ੂ ਦੇ ਬੱਚੇ ਦਾ ਇਨਫੈਕਸ਼ਨ ਦੇ ਚਾਂਸ ਵੱਧ ਜਾਂਦੇ ਆ, ਔਰ ਅੱਗੇ ਫਿਊਚਰ 'ਚ ਜਾ ਕੇ ਰਿਪੀਟ ਬਰੀਡਿੰਗ ਦੀ ਪ੍ਰੋਬਲਮ ਵੀ ਆਉਂਦੀ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ ਇਸ ਅਹਿਮ ਜਾਣਕਾਰੀ ਲਈ। ਅਤੇ ਕਿਸਾਨ ਵੀਰੋ, ਆਪਣਾ ਅਤੇ ਆਪਣੇ ਪਸ਼ੂਆਂ ਦਾ ਚੰਗੀ ਤਰ੍ਹਾਂ ਧਿਆਨ ਰੱਖਿਓ। ਅਤੇ ਇਹ ਜੋ ਨੰਬਰ ਤੁਹਾਡੀ ਸਕਰੀਨ 'ਤੇ ਆ ਰਿਹਾ, ਜੋ ਕਿ ਹੈ 86-99-73-69, ਇਸ ਉੱਤੇ ਮਿਸਡ ਕਾਲ ਕਰਨੀ ਜਾਂ ਵਟਸਐਪ ਕਰਨਾ ਨਾ ਭੁੱਲਿਓ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣੇਗੀ। ਫਿਲਹਾਲ ਦਿਓ ਇਜਾਜ਼ਤ, ਰੱਬ ਰੱਖਾ।